केंद्र सरकार खिलाफ अपनियां मंगां नूं लेके डिप्टी कमिश्नर बरनाला दफ्तर अगे ऑल पंजाब आंगनवाड़ी मुलाजम यूनियन वर्कर बरनाला दे अहुदेदारां अते समुचे मैंबरां ने धरना दे के नारेबाजी कीती गई। इस लगाए गए रोस धरने दौरान इन्हां वर्करां मंग कीती कि केंद्र सरकार उन्हां नूं जिन्ना चिर पक्का नहीं करता उन्हां तक इह धरने जारी रहणगे। हुण आंगनवाड़ी केंद्रां विच काम करदे वर्करां नूं 24,000 अते हैल्परां नूं 18,000 रुपए माण पत्ता दिते जाण दी वी मंग चुकी है। उक्त मंगां नूं लै के डीसी बरनाला राही केंद्र सरकार दे नाम एक मंग पत्र भी भेजा गया। ਅਸੀਂ ਜਿਹੜੇ ਧਰਨਾ ਲਾਇਆ ਜੀ, ਜ਼ਿਲ੍ਹਿਆਂ ਦੇ ਵਿੱਚ ਧਰਨੇ ਲਾ ਰਹੇ ਹਾਂ। ਆਲ ਇੰਡੀਆ ਦੇ ਸੱਦੇ 'ਤੇ ਅਸੀਂ ਪੂਰੇ ਇੰਡੀਆ ਦੇ ਵਿੱਚ ਪ੍ਰੋਗਰਾਮ ਕਰ ਰਹੇ ਹਾਂ। ਅਸੀਂ ਪ੍ਰਧਾਨ ਮੰਤਰੀ ਦੇ ਨਾਮ 'ਤੇ ਮੰਗ ਪੱਤਰ ਭੇਜ ਰਹੇ ਹਾਂ ਕਿ ਅਸੀਂ 43 ਸਾਲ ਤੋਂ ਕੰਮ ਕਰ ਰਹੇ ਹਾਂ ਆਂਗਨਵਾੜੀ ਦੇ ਵਿੱਚ। 8 ਸਾਲ ਬਾਅਦ ਸਰਕਾਰ ਨੇ ਸਾਡੇ ਮਾਣ ਭੱਤੇ 'ਚ ਵਾਧਾ ਕੀਤਾ, ਉਹ ਵੀ ਬਿਲਕੁਲ ਨਿਗੂਣਾ ਜਿਹਾ। 1500 ਰੁਪਇਆ ਵਰਕਰ ਦਾ, 750 ਰੁਪਇਆ ਹੈਲਪਰ ਦਾ, 1000 ਰੁਪਇਆ ਮਿਨੀ ਵਰਕਰ ਦਾ। ਇੰਨੀ ਮਹਿੰਗਾਈ ਆ, 8 ਸਾਲ ਤੁਸੀਂ ਤਨਖਾਹਾਂ ਨਹੀਂ ਵਧਾਉਂਦੇ, ਅਤੇ ਫਿਰ ਜੇ ਵਧਾਉਂਦੇ ਹੋ ਤਾਂ ਬਿਲਕੁਲ ਥੋੜ੍ਹੀ ਹੈ। ਸਾਡੀ ਮੰਗ ਹੈ ਕਿ ਸਾਨੂੰ ਰੈਗੂਲਰ ਕਰੋ, ਜੇ ਰੈਗੂਲਰ ਨਹੀਂ ਕਰਦੇ ਤਾਂ ਘੱਟੋ ਘੱਟ ਉਦਮਤ ਲਾਗੂ ਕਰੋ, ਜਿਹੜੀ 24,000 ਰੁਪਇਆ ਵਰਕਰ ਦੀ ਹੈ, 18,000 ਹੈਲਪਰ ਦੀ ਹੈ। ਇਹ ਮੰਗ ਨੂੰ ਲੈ ਕੇ ਅਸੀਂ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ। ਜ਼ਿਲ੍ਹਾ ਹੈੱਡਕੁਆਟਰ 'ਤੇ ਧਰਨੇ ਚੱਲ ਰਹੇ ਆ ਸਾਡੇ। ਪ੍ਰਧਾਨ ਮੰਤਰੀ ਦੇ ਨਾਮ 'ਤੇ ਅਸੀਂ ਮੰਗ ਪੱਤਰ ਭੇਜਾਂਗੇ ਡਿਪਟੀ ਕਮਿਸ਼ਨਰ। ਸਾਡਾ ਮਕਸਦ ਬਸ ਇਹੀ ਚੱਲ ਰਿਹਾ, ਸੈਂਟਰ ਕੋਲੋਂ ਸੈਂਟਰ ਸਰਕਾਰ ਦੇ ਅੱਗੇ ਇਹੀ ਸਾਡੀ ਡਿਮਾਂਡਸ ਨੇ ਵੀ ਜਾਂ ਤਾਂ ਸਾਨੂੰ ਵਿਭਾਗ ਦੇ ਵਿੱਚ ਤਬਦੀਲ ਕੀਤਾ ਜਾਵੇ, ਜਿੰਨਾ ਚਿਰ ਸਾਨੂੰ ਵਿਭਾਗ ਦੇ ਵਿੱਚ ਤਬਦੀਲ ਨਹੀਂ ਕਰਦੇ ਤਾਂ ਸਾਨੂੰ ਜਿਹੜਾ ਸਾਡਾ ਮਿਨੀ ਵੇਜ ਬਣਦਾ ਘੱਟੋ ਘੱਟ ਵਰਕਰ ਨੂੰ 24,000 ਅਤੇ ਹੈਲਪਰ ਨੂੰ 18,000 ਜ਼ਰੂਰ ਮਿਲਣਾ ਚਾਹੀਦਾ ਗਾ। ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਸਾਡਾ ਸੰਘਰਸ਼ ਲਗਾਤਾਰ ਇੱਦਾਂ ਹੀ ਚੱਲਦਾ ਰਹੂਗਾ ਜੀ। ਤਪਾ ਮੰਡੀ ਤੋਂ ਨਰੇਸ਼ ਗਰਗ ਦੀ ਰਿਪੋਰਟ, ਚੈਨਲ 2।